ਕੋਈ ਸੌਦਾ ਖਰੀਦਣਾ ਹੈ, ਕੋਈ ਵਸਤੂ ਖਰੀਦਣੀ ਹੈ, ਬਾਜ਼ਾਰ ਜਾਂਦੇ ਹਾਂ, ਆਪਣੇ ਨਾਲ ਉਹ ਚੀਜ਼ ਲੈ ਕੇ ਆਇਆ, ਸਾਨੂੰ ਪਤਾ ਲੱਗਦਾ ਵੀ ਆਹ ਚੀਜ਼ ਅਸੀਂ ਖਰੀਦ ਲਈ ਹੈ, ਸਾਡੇ ਕੋਲ ਹੈ, ਵਸਤੂ ਦਾ ਪਤਾ ਲੱਗਦਾ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਉਂਦੇ ਹਾਂ, ਬਾਣੀ ਸੁਣਦੇ ਹਾਂ, ਇਤਿਹਾਸ ਦੀ ਕੋਈ ਗੱਲ ਸੁਣਦੇ ਹਾਂ, ਜਾਣ ਲੱਗਿਆ ਮਨ ਵਿੱਚ ਇਹ ਜ਼ਰੂਰ ਸੋਚਿਆ ਕਰੋ ਮੈਂ ਆਪਣੇ ਨਾਲ ਲੈ ਕੇ ਕੀ ਚੱਲਿਆ। ਬਾਣੀ ਦੀ ਕੋਈ ਗੱਲ, ਇਤਿਹਾਸ ਦੀ ਕੋਈ ਸਿੱਖਿਆ, ਗੁਰੂ ਦਾ ਕੋਈ ਬਚਨ, ਕੋਈ ਬੋਲ ਐਸਾ ਮੈਂ ਲੈ ਕੇ ਚੱਲਿਆ ਨਾ, ਪੱਲੇ ਬੰਨਿਆ ਕੋਈ? ਜੇ ਪੱਲੇ ਨਹੀਂ ਬੰਨਿਆ, ਜੇ ਉਹਨੂੰ ਕਮਾਇਆ ਨਹੀਂ ਜ਼ਿੰਦਗੀ ਦੇ ਅੰਦਰ। ਇਸੇ ਕਰਕੇ ਸਤਿਗੁਰੂ ਜੀ ਨੇ ਬਾਣੀ ਅੰਦਰ ਆਖਿਆ ਸੀ ਨਾ, ਜਾ ਕਉ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀ ਅੰਦਰ ਹੈ ਸੂਰਾ। ਕਹਿੰਦੇ ਜਿਹਨੂੰ ਲੱਗੇਗਾ ਰੰਗ ਨਾ ਕੋਈ, ਉਹੀ ਸੂਰਮਾ। ਜਿਹਨੂੰ ਉਹ ਰੰਗ ਲੱਗਿਆ ਹੀ ਨਹੀਂ, ਅਜੇ ਭਰਮਾਂ ਦੇ ਵਿੱਚ ਹੈ, ਵਹਿਮਾਂ ਦੇ ਵਿੱਚ ਹੈ, ਪਖੰਡਾਂ ਦੇ ਵਿੱਚ ਹੈ, ਦੂਰ ਹੈ, ਕਹਿੰਦੇ ਉਹ ਨਹੀਂ ਬਣ ਸਕਦਾ। ਕਹਿਣ ਨਾਲ ਤਾਂ ਆਪਾਂ ਸਾਰੇ ਕਹਿ ਦਿੰਦੇ ਹਾਂ ਜੀ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਿੱਖ ਹਾਂ, ਕਹਿਣ ਨੂੰ ਕਹਿਣ ਨਾਲ ਕੀ ਹੋਣਾ, ਸਾਰੇ ਆਖਦੇ ਨਹੀਂ। ਇਹ ਗੱਲਾਂ ਕਹਿਣ ਦੀਆਂ ਨਹੀਂ, ਇਹ ਤਾਂ ਕਮਾਈ ਦੀ ਖੇਡ ਹੈ। ਇਹ ਰਸਤਾ ਇਹਨੂੰ ਖੰਡੇ ਧਾਰ ਗਲੀ ਅੱਤ ਭੀੜੀ ਆਖਿਆ, ਇਸੇ ਕਰਕੇ ਵੀ ਇਹਨਾਂ ਰਾਹਾਂ ਤੇ ਤੁਰਨ ਦੇ ਲਈ ਬੜਾ ਕੁਝ ਤਿਆਗਣਾ ਪੈਂਦਾ। ਅਸੀਂ ਸੋਚਦੇ ਜਿਵੇਂ ਸਮਾਜ ਚੱਲਦਾ, ਜਿਵੇਂ ਲੋਕ ਚੱਲਦੇ ਨੇ, ਜਿੱਧਰ ਲੋਕ ਜਾਂਦੇ ਨੇ ਅਸੀਂ ਉੱਧਰ ਜਾਈਏ ਤੇ ਗੱਲ ਠੀਕ ਹੈ, ਅਸੀਂ ਉਹਦਾ ਚੱਲਦੇ। ਸਤਿਗੁਰੂ ਕਹਿੰਦੇ ਨੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀ ਅੰਦਰ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਕਹਿੰਦੇ ਪੂਰੇ ਗੁਰੂ ਦੇ ਹੋ ਕੇ ਵੇਖੋ, ਪੂਰੇ ਗੁਰੂ ਦੇ ਗੁਣਾਂ ਨੂੰ ਜੀਵਨ ਵਿੱਚ ਲਿਆ ਕੇ ਵੇਖੋ। ਜਿਸ ਦਿਨ ਪੂਰੇ ਗੁਰੂ ਦਾ ਜੀਵਨ ਵਿੱਚ ਆਉਣਾ ਹੋਏਗਾ ਨਾ, ਜਿਸ ਦੇ ਜੀਵਨ ਵਿੱਚ ਆਉਂਦਾ ਹੈ ਪੂਰਾ ਗੁਰੂ, ਵਸਦਾ ਜਿਸ ਦੇ ਜੀਵਨ ਦੇ ਅੰਦਰ, ਫਿਰ ਉਹ ਪਰਵਾਹ ਨਹੀਂ ਕਰਦਾ ਵੀ ਬਾਹਰ ਫੌਜ ਕਿੰਨੀ ਹੈ, ਚਮਕੌਰ ਦੀ ਗੜੀ ਦੇ ਇਤਿਹਾਸ ਦੇ ਵਿੱਚੋਂ ਤੁਸੀਂ ਕਦੇ ਨਹੀਂ ਪੜੋਗੇ ਕੋਈ ਸਿੰਘ ਇਹ ਕਹਿ ਰਿਹਾ ਹੋਵੇ ਪਾਤਸ਼ਾਹ ਗਿਣਤੀ ਬਹੁਤ ਜ਼ਿਆਦਾ, ਇਹਨਾਂ ਨਾਲ ਲੜਾਂਗੇ ਕਿਵੇਂ, ਇਹਨਾਂ ਦਾ ਮੁਕਾਬਲਾ ਕਿਵੇਂ ਕਰਾਂਗੇ, ਇਹ ਤਾਂ ਹੋ ਹੀ ਨਹੀਂ ਸਕਦਾ, ਕਿਵੇਂ ਲੜਾਂਗੇ ਆਪਾਂ ਇੰਨਿਆਂ ਦੇ ਨਾਲ। ਨਹੀਂ ਲਿਖਿਆ ਇਤਿਹਾਸ ਦੇ ਪੰਨਿਆਂ ਨੇ, ਕਿਉਂਕਿ ਉਹ ਸਿੱਖ ਐਸੇ ਸਨ ਜਿਨ੍ਹਾਂ ਨੇ ਗੁਰੂ ਦੇ ਹੁਕਮਾਂ ਨੂੰ ਜੀਵਨ ਵਿੱਚ ਕਮਾਇਆ ਹੋਇਆ ਸੀ। ਜਿਸ ਨੂੰ ਵੀ ਜਿਸ ਜਿਸ ਰਾਹ ਤੋਂ ਗੁਜ਼ਰਨਾ ਪਿਆ ਉਹ ਉਸੇ ਰਾਹ ਤੋਂ ਗੁਜ਼ਰਦਾ ਰਿਹਾ ਹੈ, ਇਤਿਹਾਸ ਨੇ ਦੱਸਿਆ ਸਨ ਪਾਤਸ਼ਾਹ ਜੀ। ਇਸੇ ਕਰਕੇ ਬਾਣੀ ਅੰਦਰ ਕਹਿੰਦੇ ਨੇ, ਕਹਿੰਦੇ ਨਿਸ਼ਾਨੀ ਇਹ ਹੈ, ਰੰਗ ਲਾਗਤ 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 ਹੈ, ਭ੍ਰਮ ਭਾਗਤ 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 ਹੈ। ਰੰਗ ਲੱਗੇ ਦੀ ਨਿਸ਼ਾਨੀ ਇਹ ਹੈ, ਕਹਿੰਦੇ ਤੈਨੂੰ ਕੋਈ ਭਰਮ ਨਹੀਂ ਹੋਏਗਾ ਜੀ, ਅਜੇ ਭਰਮ